ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। 15 ਗ੍ਰਾਮ ਹੈਰੋਇਨ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ 2 ਨੌਜਵਾਨ ਕਾਬੂ, ਮਾਮਲਾ ਦਰਜ। ਜ਼ਿਲ੍ਹਾ ਤਰਨ ਤਾਰਨ ਮੁਖੀ SSP ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਭਿੱਖੀਵੰਡ ਸੁਲੱਖਣ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਚੱਲਦਿਆਂ ਖਾਲੜਾ ਪੁਲਿਸ ਨੇ 15 ਗ੍ਰਾਮ ਹੈਰੋਇਨ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ SHO ਹਰਪ੍ਰੀਤ ਸਿੰਘ ਵਿਰਕ ਨੇ ਦਿੱਤੀ। ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਕੌਮ ਮਈਬੀ ਸਿੱਖ ਵਾਸੀ ਖਾਲੜਾ ਅਤੇ ਹਰਪਾਲ ਸਿੰਘ ਪੁੱਤਰ ਦਲਜਿੰਦਰ ਸਿੰਘ ਕੌਮ ਜੱਟ ਵਾਸੀ ਚੀਮਾ ਖੁਰਦ ਵਜੋਂ ਹੋਈ ਹੈ, ਜਿਨ੍ਹਾਂ 'ਤੇ 379411 IPC 2129-85 NDPS ਐਕਟ ਤਹਿਤ ਪਰਚਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਅਸੀਂ ਭਗਵੰਤ ਸਮੇਤ ਪਿੰਡ ਦੋਦੇ ਗਲਸੀਆਂ ਨੂੰ ਜਾ ਰਹੇ ਸੀ ਅਤੇ ਰਸਤੇ ਵਿੱਚ ਇਹਨਾਂ ਨੇ ਮੁਖਬਰੀ ਮਿਲੀ ਕਿ ਚੋਰੀ ਦੇ ਮੋਟਰਸਾਈਕਲ ਸਮੇਤ 2 ਮੁੰਡੇ ਆ ਰਹੇ ਆ ਜਿਹੜੇ ਕਿ ਪੁਲਿਸ ਚੋਰੀ ਦਾ ਕੰਮ ਕਰਦੇ ਆ। ਜਦੋਂ ਉਹਨਾਂ ਦੇ ਪੂਰੀ ਦੇ ਹਿਸਾਬ 'ਤੇ ਰੋਕ ਕੇ ਮੋਟਰਸਾਈਕਲ ਰੋਕਿਆ, ਰਾਊਂਡ ਅਪ ਕੀਤਾ, ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਆ, ਰਾਊਂਡ ਅਪ ਕੀਤੇ ਆ ਅਤੇ ਰਾਊਂਡ ਅਪ ਕਰਕੇ ਇਹਨਾਂ ਇਹਨਾਂ 'ਚੋਂ ਇੱਕ ਮੁੰਡੇ ਨੇ ਜਿਹੜਾ ਵਾ ਆਪਣੇ ਇੱਕ ਮੋਮੀ ਦਬਾਵਾ ਕੱਢ ਕੇ ਸੁੱਟਿਆ ਬਾਅਦ ਜਿਹਦੇ ਵਿੱਚੋਂ, ਜਿਹਦੇ 'ਚ ਪੁੱਛਿਆ ਉਹਨੂੰ ਕੀ ਆ, ਫਿਰ ਇਹਨੂੰ ਫੜੀ ਅਤੇ ਇਹਨੇ ਦੱਸਿਆ ਕਿ ਇਹ 'ਚ ਹੀਰੋਇਨ ਆ, ਜੋ ਕਿ ਵਜਨ ਕਰਕੇ 15 ਗ੍ਰਾਮ ਹੀਰੋਇਨ ਬਰਾਮਦ ਹੋਈ। ਮੋਟਰਸਾਈਕਲ ਬਾਰੇ ਦੱਸਿਆ ਕਿ ਚੋਰੀ ਦਾ ਮੋਟਰਸਾਈਕਲ ਆ, ਜੋ ਕਿ ਹਰਪਾਲ ਸਿੰਘ ਨੇ ਚੋਰੀ ਕੀਤਾ ਵਾ। ਸਰ, ਇਹਨਾਂ ਦੀ ਪਛਾਣ ਕੀ ਹੋਈ ਆ? ਇਹਦੇ 'ਚ ਇੱਕ ਮੁੰਡਾ ਜੋਬਨਜੀਤ ਸਿੰਘ ਆ, ਜੋਬਨਜੀਤ ਪੁੱਤਰ ਹਰਪਾਲ ਸਿੰਘ ਇਹ ਖਾੜੇ ਦਾ ਰਹਿਣ ਵਾਲਾ ਵਾ, ਦੂਜਾ ਮੁੰਡਾ ਹਰਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਚੀਮੇ ਪੁੱਤਰ ਦਾ ਰਹਿਣ ਵਾਲਾ। ਅਤੇ ਸਰ, ਕੀ ਇਹਨਾਂ 'ਤੇ ਕੋਈ ਪਹਿਲਾਂ ਵੀ ਕੋਈ ਪਰਚਾ ਵਗੈਰਾ ਦਰਜੇ? ਇਹਨਾਂ 'ਤੇ ਹਰਪਾਲ ਦੇ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਆ, ਚੋਰੀ ਦਾ ਵਾ, ਅਤੇ ਜੋਬਨ 'ਤੇ ਪਰਚਾ ਦਰਜ ਪਹਿਲਾਂ। ਅਤੇ ਕੀ ਸਰ, ਇਹਨਾਂ ਦਾ ਰਿਮਾਂਡ ਵਗੈਰਾ ਲਿਆ ਜਾ ਰਿਹਾ? ਰਿਮਾਂਡ ਲਿਖਿਆ ਇਹਨਾਂ ਦਾ, ਰਿਮਾਂਡ ਲੈ ਕੇ ਅੱਗੇ ਇਹਨਾਂ ਕੋਲ ਹੋਰ ਪ੍ਰਾਪਤ ਕੀਤੀ ਜਾਊਗੀ ਕੁਝ ਚੋਰੀ ਦੇ ਮੋਟਰਸਾਈਕਲ। ਠੀਕ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।